ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਸਮਾਗਮਾਂ ਦੇ ਮੌਕੇ ਡੇਰਾ ਬਾਬਾ ਨਾਨਕ ਸ਼ਹਿਰ ਨੂੰ ਵੀ ਖਾਲਸਾਈ ਰੰਗ ਦੇ ਵਿੱਚ ਰੰਗਿਆ ਜਾ ਰਿਹਾ। ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਕਿ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਇਹ ਇੱਥੇ ਜਿਹੜੀ ਪੇਂਟਿੰਗ ਕਰਵਾਈ ਜਾ ਰਹੀ ਹੈ, ਜੋ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਚਿੱਤਰਕਾਰੀ ਜਿਹੜੀ ਡੇਰਾ ਬਾਬਾ ਨਾਨਕ ਦੇ ਵਿੱਚ ਡੇਰਾ ਬਾਬਾ ਨਾਨਕ ਦੀਆਂ ਮੁੱਖ ਦੀਵਾਰਾਂ ਦੇ ਉੱਤੇ ਕੀਤੀ ਜਾ ਰਹੀ ਹੈ, ਜਿਸ ਨੂੰ ਕਿ ਗੁਰਦਾਸਪੁਰ ਦੇ ਡੀਸੀ ਰਮਨ ਕੋਛੜ ਦੀ ਰਹਿਨੁਮਾਈ ਵਿੱਚ ਉਹ ਇਸ ਦੇ ਨੋਡਲ ਅਫਸਰ ਨੇ, ਜਿਹੜੇ ਕਿ ਉਹਨਾਂ ਦੀ ਦੇਖ ਰੇਖ ਦੇ ਹੇਠੇ ਕੰਮ ਹੋ ਰਿਹਾ। ਅਤੇ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਰਿਲੇਟਡ ਇੱਥੇ ਜਿਹੜੀਆਂ ਪੇਂਟਿੰਗ ਜਿਹੜੀਆਂ ਕਰਾਈਆਂ ਜਾ ਰਹੀਆਂ ਨੇ, ਅਤੇ ਪੂਰੇ ਡੇਰਾ ਬਾਬਾ ਨਾਨਕ ਨੂੰ ਖਾਲਸਾਈ ਰੰਗ ਦੇ ਵਿੱਚ ਰੰਗਿਆ ਜਾ ਰਿਹਾ। ਅਤੇ ਇੱਥੇ ਤੁਸੀਂ ਮੇਰੇ ਪਿੱਛੇ ਵੇਖ ਵੀ ਸਕਦੇ ਹੋ ਕਿ ਜਿਹੜਾ ਸਿੱਖ ਜਿਹੜਾ ਲਿਖਿਆ ਗਿਆ ਇੱਥੇ, ਅਤੇ ਹੋਰ ਵੀ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਹੀ ਇੱਦਾਂ ਦੀਆਂ ਚਿੱਤਰਕਾਰੀਆਂ ਜਿਹੜੀਆਂ ਦੀਵਾਰਾਂ ਦੇ ਉੱਤੇ ਕੀਤੀਆਂ ਜਾ ਰਹੀਆਂ ਨੇ। ਅਤੇ ਜੇਕਰ ਗੱਲ ਕਰੀਏ ਇੱਥੇ ਇਹੋ ਜਿਹੀਆਂ ਪੇਂਟਿੰਗ ਦੀ, ਤਾਂ ਲੋਕ ਵੀ ਇਹਨਾਂ ਨੂੰ ਖੜ ਖੜ ਕੇ ਜਿਹੜੀਆਂ ਪੇਂਟਿੰਗਸ ਜਿਹੜੀਆਂ ਇਹਨਾਂ ਦਾ ਦੀਦਾਰ ਕਰ ਰਹੇ ਨੇ। ਕੈਮਰਾਮੈਨ ਕਵਲ ਜੀ ਦੇ ਨਾਲ ਸਾਹਿਲ ਮਹਿਤਾ, ਸੰਪਾਦਕ ਦਿਵਿਆ ਪੰਜਾਬ ਟੀਵੀ, ਡੇਰਾ ਬਾਬਾ ਨਾਨਕ।